ਉਹਨੇ ਤਾਂ ਦੇਖੋ ਜੀ, ਇਹ ਤਾਂ ਜਿਹੜਾ ਓਫੈਂਸ ਹੀ ਹੈ ਨਾ, ਮੈਂ ਕੀ ਕਹਾਂਗਾ, ਹੁਣ ਇਹਦੀ ਸਜ਼ਾ ਤਾਂ ਹੋਣੀ ਚਾਹੀਦੀ, ਬਟ ਮੈਂ ਸ਼ਰਮਿੰਦਾ ਵਾ, ਮੈਨੂੰ ਮਾਫ਼ ਕਰ ਦਿਓ ਤਾਂ ਜ਼ਿਆਦਾ ਚੰਗਾ। ਆਪਣੇ ਦੇਖਣ ਵਾਲੀ ਗੱਲ ਇਹ ਇੱਕ ਦੋਸ਼ੀ ਕੋਲ ਸਾਨੂੰ 315 ਬੋਲ ਦਾ ਗੱਟਾ ਤੇ 29 ਕਾਰਟਨ ਮਿਲੇ ਹੈਗੇ ਆ, ਉਹਨੂੰ ਅਸੀਂ ਢੰਗਾਈ ਨਾਲ ਪੁੱਛਗਿੱਛ ਕਰਾਂਗੇ ਵੀ ਇਹ ਵੈਪਨ ਕਿਸ ਪਰਪਜ਼ ਦੇ ਹੁੰਦੇ ਆ ਤੇ ਕਿੱਥੇ ਯੂਜ਼ ਕਰਨਾ। ਸਰਦਾਰ ਭੁਪਿੰਦਰ ਸਿੰਘ, SHO ਡਿਵੀਜ਼ਨ ਨੰਬਰ 7, ਸਬ ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ PP ਤਾਜਪੁਰ, ਇਹਨਾਂ ਨੂੰ ਇੱਕ ਉਸ ਟਾਈਮ ਬੜੀ ਸਫਲਤਾ ਮਿਲੀ ਜੋ ਸਾਡੇ ਏਰੀਏ ਦੇ ਵਿੱਚ ਅਲੱਗ ਅਲੱਗ ਦਿਸ਼ਾ ਦੇ ਵਿੱਚ ਚੋਰੀ ਐਕਟਿਵਾ ਮੋਟਰਸਾਈਕਲ ਚੋਰੀ ਹੋ ਰਹੇ ਸਨ ਅਤੇ ਸਨੈਚਿੰਗ ਦੀ ਵਾਰਦਾਤਾਂ ਵਧੀਆਂ ਸਨ। ਇਹਨਾਂ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 2 ਮੋਟਰਸਾਈਕਲ ਅਤੇ 3 ਐਕਟਿਵਾ ਰਿਕਵਰ ਕੀਤੀਆਂ। ਇੰਟਰਸਟਿੰਗ ਗੱਲ ਇਹ ਹੈਗੀ ਕਿ ਇੱਕ ਚੋਰ ਕੋਲੋਂ ਸਾਨੂੰ 1 ਪਿਸਟਲ ਅਤੇ 29 ਕਾਰਟੇਜ ਮਿਲੇ ਹੈਗੇ ਆ, ਜੋ ਅਸੀਂ ਉਹਨਾਂ ਨੂੰ ਮੁਕੱਦਮੇ ਵਿੱਚ ਪ੍ਰੋਪਰ ਪ੍ਰੋਸੀਜਰ ਕਬਜ਼ੇ ਵਿੱਚ ਲੈ ਲਿਆ ਹੈਗਾ। ਦੋਸ਼ੀ ਤੋਂ ਸਾਡੀ ਕਸਟੱਡੀ ਵਿੱਚ ਉਹਦੀ ਪੁੱਛਗਿੱਛ ਜਾਰੀ ਹੈਗੀ ਆ। ਅਸੀਂ ਜਲਦੀ ਉਹਨੇ ਇਸ ਪਿਸਟਲ ਨੂੰ ਕਿਸ ਵਾਰਦਾਤ 'ਚ ਵਰਤਿਆ ਅਤੇ ਹੋਰ ਜੋ ਵੀ ਸਾਡੇ ਕੋਲ ਪੁੱਛਗਿੱਛ ਸਾਹਮਣੇ ਆਊਗਾ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ। ਦੋਸ਼ੀਆਂ ਦਾ ਨਾਮ, ਇਹਨਾਂ ਵਿੱਚ ਇੱਕ ਦੋਸ਼ੀ ਹੈਗਾ ਸੰਤੋਖ ਸਿੰਘ, ਜੋ ਗਿੱਲ ਬਾਸੀ ਪਿੰਡ ਗਿੱਲ ਦਾ ਹੈਗਾ, ਇੱਕ ਅਰਜਨ ਹੈ, ਇੱਕ ਅੰਕੁਸ਼ ਹੈ ਅਤੇ ਇੱਕ ਕਮਲ ਗਲੋਤਰਾ। ਇਹ 4 ਦੋਸ਼ੀਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ, ਅਲੱਗ ਅਲੱਗ ਮੁਕੱਦਮੇ ਇਹਨਾਂ ਖਿਲਾਫ਼ ਦਰਜ ਕੀਤੇ ਹੈਗੇ ਆ ਅਤੇ ਤਫਤੀਸ਼ ਜਾਰੀ ਹੈ। ਅਸੀਂ ਇਹਨਾਂ ਦੇ ਸਾਰੇ ਪੁਰਾਣੇ ਰਿਕਾਰਡ ਨੂੰ ਖੰਗਾਲ ਰਹੇ ਹਾਂ, ਜਿੰਨੇ ਵੀ ਜੋ ਵੀ ਕੋਈ ਗੱਲ ਸਾਹਮਣੇ ਆਈ ਅਸੀਂ ਜਲਦੀ ਸਾਡੇ ਸਾਂਝੀ ਕਰਾਂਗੇ। ਇਹ ਅਲੱਗ ਅਲੱਗ ਜਿਹਦਾ ਅਲੱਗ ਅਲੱਗ ਏਰੀਏ ਦੇ ਹੈਗੇ ਨੇ, ਗਿੱਲ ਕਲਾਂ ਦਾ ਹੈਗਾ, ਇੱਕ ਭਾਮੀਆਂ ਕਲਾਂ ਦਾ ਹੈਗਾ, ਇੱਕ ਗੁਰੂ ਨਾਨਕ ਕਲੋਨੀ ਦਾ ਹੈਗਾ ਅਤੇ ਇੱਕ ਸੰਜੇ ਗਾਂਧੀ ਕਲੋਨੀ ਦਾ। ਇਹ ਸਾਰੇ ਅਲੱਗ ਅਲੱਗ ਏਰੀਏ ਦੇ ਰਹਿਣ ਵਾਲੇ ਹੈਗੇ ਆ। ਨਸ਼ੇ ਕੁਛ ਨਸ਼ਾ ਤਾਂ ਕਰਦੇ ਨੇ, ਬਟ ਇੰਨਾ ਨਹੀਂ ਅਜੇ ਤੱਕ। ਅਸੀਂ ਹੁਣ ਮੈਡੀਕਲ ਇਹਨਾਂ ਦਾ ਚੈੱਕਅਪ ਕਰਾਵਾਂਗੇ ਅਤੇ ਇਹ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ। ਸਰ, ਇਹਨਾਂ ਦੀ ਉਮਰ ਕਿੰਨੀ ਹੈ? ਉਮਰ ਇਹਨਾਂ ਦੀ 28 ਤੋਂ ਲੈ ਕੇ 32-32 ਸਾਲ ਦੇ ਵਿੱਚ ਵਿੱਚ ਹੈਗੀ। ਕੀ ਮਾਮਲਾ ਹੋਇਆ ਸੀ, ਚੋਰੀ ਕੀਤੀ ਤੁਹਾਡੇ ਦੇ? ਚੋਰੀ ਕਿਹਾ, ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ, ਚੋਰੀ ਕਹਿ ਲਓ ਇਹਨੂੰ। ਫਿਰ ਇਹ ਜਦੋਂ ਪਿੱਛੇ ਮੈਂ ਦੇਖਿਆ ਲੇਡੀਜ਼ ਆ ਰਹੀਆਂ, ਦੌੜ ਰਹੀਆਂ ਸੀ ਅਤੇ ਮੈਂ ਇੱਥੇ ਸਾਈਡ 'ਤੇ ਆਪ ਵਿੱਚ ਖੜਾ ਕਰਤਾ। ਚੰਗਾ ਲੱਗਦਾ ਇਹ ਕੰਮ ਕਰਨਾ, ਚੋਰੀ ਕਰਦੇ ਹੋ? ਨਹੀਂ, ਮੈਂ ਸ਼ਰਮਿੰਦਾ ਵਾ, ਚੋਰੀ ਨਹੀਂ ਕਰਦਾ। ਇਹ ਮੇਰਾ ਤਿਲ ਤਿਲ ਆਪਣਾ ਜੋੜਦੇ ਆ, ਹੁਣ ਪਸੀਨੇ ਦੀ ਕਮਾਈ ਆ, ਲੋਕ ਜੋੜਦੇ ਆ ਅਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਜਿਹੜੀ ਐਕਟਿਵਾ ਲੈ ਜਾਂਦੇ ਹੋ, ਇਹ ਚੰਗੀ ਗੱਲ ਹੈ? ਗਲਤ ਗੱਲ। ਸ਼ਰਮ ਆ ਰਹੀ ਹੈ? ਬਿਲਕੁਲ ਆ ਰਹੀ, ਬਹੁਤ ਜ਼ਿਆਦਾ ਆ ਰਹੀ। ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅੱਜ ਤੱਕ? ਕੋਈ ਵੀ ਪਹਿਲੀ ਚੋਰੀ ਹੈ? ਪਹਿਲੀ। ਕਿੱਥੇ ਰਹਿੰਦੇ ਹੋ? ਮੈਂ ਗਿੱਲਾਂ 'ਚ। ਕੀ ਨਾਮ ਹੈ ਕਿਹਦਾ? ਨਾਮ ਤੁਹਾਡਾ ਕੀ ਨਾਮ ਹੈ? ਮੈਂ ਤਾਂ ਦੱਸਣਾ ਪਿਆ, ਸੰਤੋਖ ਸਿੰਘ। ਸੰਤੋਖ ਸਿੰਘ? ਸੰਤੋਖ ਸਿੰਘ, ਹਾਂਜੀ। ਅੱਛਾ, ਸੰਤੋਖ ਸਿੰਘ ਜੀ, ਇਹ ਪਹਿਲੀ ਤੁਹਾਡੀ ਚੋਰੀ ਹੈ? ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਹੋਈਆਂ? ਨਹੀਂ, ਇਸ ਤੋਂ ਪਹਿਲੇ ਤਾਂ ਮੈਂ ਜੋਬ ਕਰਦਾ ਕਿਤੇ। ਅੱਛਾ, ਹਾਂ। ਚੋਰੀ ਕਰਨ ਦੀ ਕੀ ਮਜਬੂਰੀ ਹੋ ਗਈ? ਹਾਂ, ਪਹਿਲੀ ਚੋਰੀ ਕੀਤੀ ਹੈ? ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵਾ ਚੁੱਕਿਆ ਗਿਆ ਗੁਰਦੁਆਰਾ ਫੇਰੂ ਮਾਨ। ਅੱਛਾ ਜੀ, ਉਹਦੀ ਕਲਿੱਪ ਹੈਗੀ ਹੈ ਮੇਰੇ ਕੋਲ। ਤੁਸੀਂ ਚੋਰੀ ਦੀ ਰਿਪੋਰਟ ਲਿਖਾਈ ਹੈ? ਚੋਰੀ ਦੀ ਰਿਪੋਰਟ ਬੇਟੇ ਦੇ ਕੋਲ ਸੀ, ਉਹ ਲਿਖਾਈ ਹੈ ਬੇਟੇ ਦਾ ਸੀ ਐਕਟਿਵਾ, ਉਹ ਲਿਖਾਈ ਹੋਈ ਹੈ। ਅੱਛਾ, ਤੇ ਉਹਦੀ ਫੋਟੋ ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦੁਆਰਾ ਫੇਰੂ ਮਾਨ ਤੋਂ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ ਨੂੰ। ਪਰਸੋਂ ਮਤਲਬ 1 ਤਰੀਕ ਨੂੰ ਜਿਹੜਾ ਤੁਹਾਡੀ ਐਕਟਿਵਾ ਚੋਰੀ ਹੋ ਗਈ, ਅੱਜ ਤੁਸੀਂ ਸੋਚਿਆ ਮੈਂ ਕਿਸੇ ਦੀ ਚੱਕ ਲਾਂ ਤੇ ਹਿਸਾਬ ਬਰਾਬਰ ਹੈ? ਬਸ ਇਹੋ ਜਿਹੀ ਸੀ ਕੋਈ ਦਿਮਾਗ ਵਿੱਚ। ਅੱਛਾ,
ਬਾਕੀ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਤਾਂ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ। ਸਿਆਣੇ ਬਿਆਣੇ ਲੱਗ ਰਹੇ ਹੋ, ਠੀਕ ਹੈ, ਉਮਰ ਵੀ ਤੁਹਾਡੀ ਬਹੁਤ ਹੈ, ਇਹ ਗੱਲ ਚੰਗੀ ਹੈ, ਇਹ ਗੱਲ ਚੰਗੀ ਹੈ ਤੁਹਾਡੀ। ਮੈਂ ਕਹਿ ਰਿਹਾ ਬਹੁਤ ਮਾੜੀ ਹੈ, ਮੈਂ ਖੁਦ ਸ਼ਰਮਿੰਦਾ ਹਾਂ। ਹਾਂਜੀ, ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ। ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ, ਕਾਫੀ ਤਾਂ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ, ਸ਼ਰਮਿੰਦਾ ਵਾਲੀ ਕਿਹੜੀ ਗੱਲ, ਜੇ ਫੜੇ ਗਏ ਤੁਸੀਂ ਹੁਣ ਸ਼ਰਮਿੰਦਾ ਫੜੇ ਸਰ, ਇਹਨਾਂ ਨੇ ਸਕੂਟਰ ਤੋਂ ਮੈਂ ਇੱਥੇ ਖੜਾ ਕਰਕੇ ਇੱਥੇ ਚਲਾ ਗਿਆ ਸੀ। ਅੱਛਾ, ਫਿਰ ਇਹ ਮੇਰੇ ਮਗਰ ਉੱਧਰ ਗਏ ਨੇ ਅਤੇ ਮੈਂ ਫਿਰ ਨਾਲ ਆ ਗਿਆ। ਅਤੇ ਸਜ਼ਾ ਤਾਂ ਮਿਲਣੀ ਚਾਹੀਦੀ ਕਿ ਨਹੀਂ ਚਾਹੀਦੀ? ਨਹੀਂ, ਮੈਂ ਸ਼ਰਮਿੰਦਾ, ਮੈਂ ਤਾਂ ਭਾਅ ਜੀ ਨੂੰ ਵੀ ਹੱਥ ਜੋੜੀ ਜਾਂਦਾ ਹੈਗੇ ਆ, ਫਿਰ ਸਜ਼ਾ ਦਾ ਹੱਕ ਤਾਂ ਹੈਗੇ ਨਾ ਤੁਸੀਂ? ਉਹਨੇ ਤਾਂ ਦੇਖੋ ਜੀ, ਇਹ ਤਾਂ ਜਿਹੜਾ ਓਫੈਂਸ ਹੀ ਹੈ ਨਾ, ਮੈਂ ਕੀ ਕਹਾਂਗਾ, ਹੁਣ ਇਹਦੀ ਸਜ਼ਾ ਤਾਂ ਹੋਣੀ ਚਾਹੀਦੀ, ਬਟ ਮੈਂ ਸ਼ਰਮਿੰਦਾ ਵਾ, ਮੈਨੂੰ ਮਾਫ਼ ਕਰ ਦਿਓ ਤਾਂ ਜ਼ਿਆਦਾ ਚੰਗੀ।